ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ? ਹੋਪਫੁਲੀ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰੇ। ਇੱਕ ਗੱਲ ਤੁਹਾਡੇ ਸਾਰਿਆਂ ਨਾਲ ਕਲੀਅਰ ਕਰਨੀ ਸੀ। ਬਾਹਰ ਇੱਕ ਵੀਡੀਓ ਆਈ ਹੈ, ਕਹਿੰਦੇ ਮੈਨੂੰ ਮੈਸੇਜ ਵੀ ਆ ਰਹੇ ਸੀ ਕਈ ਆਪਣੇ ਚਾਹੁਣ ਵਾਲਿਆਂ ਦੇ ਵੀ, ਬਾਈ ਅਗਲਾ ਗਾਣਾ ਸਨੀ ਮਾਰਟਨ ਅਤੇ ਬਿਗ ਬਰਡ ਨਾਲ ਆ ਰਿਹਾ ਜਾਂ ਕੁਛ ਵੀ ਇੱਦਾਂ ਦਾ, ਉਹਨਾਂ ਨੇ ਵੀਡੀਓ ਪਾਈ ਹੋਣੀ ਆ। ਕੋਈ ਵੀਡੀਓ ਬਹੁਤ ਪੁਰਾਣੀ ਹੈ ਜੀ, ਉਹ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਵੀਡੀਓ ਉਹ ਘੱਟੋ ਘੱਟ 2015 ਜਾਂ 16 ਦੀ ਵੀਡੀਓ ਹੋਊਗੀ, ਮੈਨੂੰ ਐਗਜੈਕਟਲੀ ਯਾਦ ਨਹੀਂ ਹੈਗਾ। ਪਰ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਵੀ ਜਿਹੜੇ ਲਿਸਟਾਂ 'ਚੋਂ ਕੱਟੇ ਹੋਏ ਨੇ ਉਹ ਕੱਟੇ ਹੋਏ ਨੇ ਬਾਈ। ਇੱਥੇ 4-5 ਲੱਡੂ ਜਿਹੇ ਪੇਚ ਵਾਲੇ ਆ ਕੇ ਕਹਿ ਦਿੰਦੇ ਆ ਵੀ ਇਹਦਾ ਕੋਈ ਸਟੈਂਡ ਨਹੀਂ ਹੈਗਾ, ਇਹ ਨਹੀਂ ਹੈਗਾ। ਸਾਡੇ ਸਟੈਂਡ ਦਾ ਸਾਨੂੰ ਪਤਾ ਕਿੱਥੇ ਲਿਆ ਹੋਇਆ ਅਤੇ ਕਿੰਨਾ ਕੁ ਹੈਗਾ। ਸਟੈਂਡ ਦੇ ਸਿਰ 'ਤੇ ਚੱਲੇ ਆ ਰਹੇ ਹਾਂ ਅੱਜ ਤਾਈ, ਅਤੇ ਅੱਗੇ ਵੀ ਸਟੈਂਡ ਐਵੇਂ ਹੀ ਰਹਿਣਗੇ। ਸੋ ਸਾਡਾ ਕਿਸੇ ਨਾਲ ਕੋਈ ਗਾਣਾ ਨਹੀਂ ਆ ਰਿਹਾ, ਜਿੱਥੇ ਹੈਗੇ ਉੱਥੇ ਹੀ ਆ, ਜਿਨ੍ਹਾਂ ਨਾਲ ਹੈਗੇ ਆ ਉਹਨਾਂ ਨਾਲ ਹੀ ਆ ਬਾਈ ਜੀ। ਲਵ ਯੂ। ਇੱਕ ਗੱਲ ਹੋਰ ਮੈਂ ਦੱਸ ਦੇਣੀ ਚਾਹੁੰਦਾ ਵੀ ਜੱਜ ਇੱਕ ਦੂਜੇ ਨੂੰ ਘੱਟ ਕਰਿਆ ਕਰੋ ਬਾਈ। ਜੱਜ ਕਰਨ ਨੂੰ ਉੱਤੇ ਨੀਲੀ ਛੱਤ ਵਾਲਾ ਬੈਠਾ, ਰੱਬ ਬੈਠਾ, ਕੌਣ ਚੰਗਾ ਕੌਣ ਮਾੜਾ ਭੇਤ ਤਾਂ ਖੋਲ੍ਹੀ ਜਾਂਦੇ ਇੱਕ ਦਿਨ, ਕੋਈ ਚੱਕਰ ਨਹੀਂ। ਰੱਬ ਬੈਠਾ ਭੇਤ ਖੋਲ੍ਹਣ ਨੂੰ, ਬੰਦੇ ਤਾਂ ਕੌਣ ਹੁੰਦੇ ਇੱਕ ਦੂਜੇ ਦਾ ਭੇਤ ਖੋਲ੍ਹਣ ਨੂੰ। ਰੱਬ ਬੈਠਾ ਨੀਲੀ ਛੱਤ ਵਾਲਾ, ਉਹੀ ਫੈਸਲਾ ਕਰਦਾ ਅਤੇ ਉਹੀ ਕਰਦਾ ਰਹੂਗਾ। ਐਵੇਂ ਕਿਸੇ ਨੂੰ ਮਾੜਾ ਕਹਿਣਾ ਜਾਂ ਚੰਗਾ ਕਹਿਣਾ, ਕੋਈ ਕਿਸੇ ਦੇ ਮਾੜਾ ਕਹਿਣਾ ਕੋਈ ਮਾੜਾ ਨਹੀਂ ਬਣ ਜਾਂਦਾ, ਕਿਸੇ ਚੰਗਾ ਕਹਿਣਾ ਕੋਈ ਚੰਗਾ ਨਹੀਂ ਬਣ ਜਾਂਦਾ। ਰੱਬ ਦੇ ਹੱਥ 'ਚ ਆ, ਜਿਹਦੇ ਕਰਮਾਂ ਜਿੰਨਾ ਲਿਖਿਆ ਉਹਨੂੰ ਓਨਾ ਹੀ ਮਿਲਣਾ। ਸੋ ਐਵੇਂ ਬਿਨਾਂ ਗੱਲੋਂ ਨਾ ਜੱਜ ਵਗੈਰਾ ਕਰਿਆ ਕਰੋ, ਆਪਣਾ ਆਪਣਾ ਕੰਮ ਕਰਨਾ ਚਾਹੀਦਾ ਹਰੇਕ ਬੰਦੇ ਨੂੰ। ਅਸੀਂ ਵੀ ਕਰ ਰਹੇ ਹਾਂ ਅਤੇ ਅੱਗੇ ਅੱਗੇ ਗਾਣੇ ਘੈਂਟ ਘੈਂਟ ਆ ਰਹੇ ਆ। ਥੈਂਕ ਯੂ, ਤੁਸੀਂ ਇੰਨਾ ਸਪੋਰਟ ਕਰਦੇ ਹੋ, ਲਵ ਯੂ ਸਾਰਿਆਂ ਨੂੰ। ਖਿਆਲ ਰੱਖਿਓ ਆਪਣਾ ਆਪਣਾ, ਘਰੇ ਰਹੋ, ਸਟੇ ਪੋਜ਼ਿਟਿਵ, ਸਟੇ ਸੇਫ।